ਇੱਕ ਵਿਆਹਤਾ ਔਰਤ ਨੇ ਪਸਤੌਲ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕਰਨ ਦੇ ਇੱਕ ਲੜਕੇ ਉੱਪਰ ਆਰੋਪ ਲਗਾਏ ਹਨ। ਪੀੜਤ ਔਰਤ ਨੇ ਦੱਸਿਆ ਕਿ ਲੜਕਾ ਪਹਿਲਾਂ ਤੋਂ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ, ਲੇਕਿਨ ਉਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਪਸਤੌਲ ਦੀ ਨੋਕ 'ਤੇ ਉਸਦੇ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸਨੂੰ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਪੀੜਤ ਔਰਤ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਉਸਦਾ ਪਤੀ ਉਸ ਲੜਕੇ ਨੂੰ ਸਮਝਾਉਣ ਲਈ ਗਿਆ ਤਾਂ ਆਪਸ ਵਿੱਚ ਉਹਨਾਂ ਦਾ ਕਾਫੀ ਝਗੜਾ ਹੋ ਗਿਆ। ਪੀੜਤ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਬਣਦੀ ਕਾਨੂੰਨੀ ਕਾਰਵਾਈ ਉਸ ਲੜਕੇ 'ਤੇ ਕੀਤੀ ਜਾਵੇ। ਕੀ ਨਾਂ ਤੇ ਕਿੱਥੋਂ ਦੇ ਰਹਿਣ ਵਾਲੇ? ਬਸਤੀ ਸ਼ਹਿਰ। ਕੀ ਹੋਇਆ, ਜਿਹੜੀ ਲੜਾਈ ਹੋਈ, ਕੀ ਕਾਰਨ? ਲੜਾਈ, ਮੈਂ ਕੜੀਮ ਵਾਲੀ ਦੁਕਾਨ 'ਤੇ ਬੈਠਾ ਸੀ ਅਤੇ ਮੇਰੇ ਮਗਰੇ ਹੀ ਉਹ ਆਇਆ ਅਤੇ ਜਿਨ੍ਹਾਂ ਨਾਲ ਲੜਾਈ ਹੋਈ ਆਂਟੀ ਬਾਲਟੀ, ਅਤੇ 2-3 ਮਿੰਟ ਬਾਅਦ ਮੇਰਾ ਵੱਡਾ ਭਰਾ ਆਇਆ ਅਤੇ ਮੇਰੇ ਭਰਾ ਨੇ ਆਣ ਕੇ ਇਹ ਗੱਲ ਕੀਤੀ ਕਿ ਸਾਡੇ ਘਰ ਵੜਨਾ, ਰਾਤ ਨੂੰ ਰੋਜ਼ ਮੇਰੀ ਕੁੜੀ 'ਤੇ ਪਿਸਤੌਲ ਰੱਖਣਾ ਮੱਥੇ 'ਚ, ਕੀ ਗੱਲ ਦਿੱਲੀ ਚੰਗਾ ਕੰਮ ਹੈ? ਅਤੇ ਇੱਥੋਂ ਸਾਡੇ ਦੋਵਾਂ ਭਰਾਵਾਂ ਦੇ ਮਤਲਬ ਕਿ ਗੱਲ ਪੈ ਗਿਆ, ਮੇਰੇ ਕੈਂਚੀ ਮਾਰੀ, ਇੱਕ ਹੱਥੇ ਮਾਰੀ ਕੈਂਚੀ, ਹੱਥੇ ਮਾਰੀ ਕੈਂਚੀ। ਕਿਸ ਤਰ੍ਹਾਂ ਦੇ ਵਾਰ ਕੀਤੇ? ਜਾਨੋਂ ਮਾਰਨ ਦੇ? ਜਾਨੋਂ ਮਾਰਨ ਦੇ ਵਾਰ ਕੀਤੇ, ਪੂਰੇ ਗੁੱਸੇ ਦੇ ਵਿੱਚ ਸੀਗਾ। ਮਤਲਬ ਕਿ ਮੇਰੇ ਬੈਠੇ ਦੇ ਜਿਹੜਾ ਕੱਪੜਾ ਬੰਨਿਆ ਹੁੰਦਾ ਮੈਂ ਬੈਠਾ ਹੋਇਆ ਸੀਗਾ ਅਤੇ ਮਤਲਬ ਕਿ ਪਹਿਲਾਂ ਕੁੱਟਣ ਲੱਗ ਪਿਆ, ਬਸ ਥੱਲੇ ਡਿੱਗਦਾ ਮੈਂ ਅਤੇ ਮੇਰੇ ਮਤਲਬ ਕਿ ਗੋਡਾ ਰੱਖ ਕੇ ਮੂੰਹ 'ਤੇ ਮੇਰੇ ਹੱਥਾਂ ਪੈਰਾਂ 'ਤੇ ਮਾਰਾ ਲੱਗ ਪਿਆ ਜਿੱਥੇ ਜਿੱਥੇ ਮੈਂ ਵੱਡੀਆਂ ਵਿੱਚ। ਉਸ ਤੋਂ ਬਾਅਦ ਕੀ ਮੰਗ ਹੋਣੀ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ? ਇਹਦੇ 'ਤੇ ਪੂਰੀ ਕਾਰਵਾਈ ਹੋਣੀ ਚਾਹੀਦੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡੇ ਘਰ ਆ ਜਾਂਦਾ ਫਿਰ ਪਿਸਤੌਲ ਦੀਆਂ ਧਮਕੀਆਂ ਦਿੰਦੇ ਆ। ਅੱਜ ਤੋਂ 4-10 ਦਿਨ ਪਹਿਲਾਂ ਇਹ ਮਤਲਬ ਕਿ ਸਾਡੇ ਬੂਹੇ ਅੱਗੇ ਆਣ ਕੇ ਫੈਰ ਵੀ ਨਹੀਂ ਕੱਟੇ, 2 ਵਾਰੀ ਫੈਰ ਕੱਟ ਕੇ ਗਿਆ। ਇਹਦੀ ਤਾਂ ਮਹੱਲਾ ਗਵਾਈ ਪੂਰੀ ਦੇ ਗਿਆ ਕਿ ਫੈਰ ਇਹ ਚਲਾ ਕੇ ਗਿਆ ਸੀ। ਕੀ ਨਾਮ ਤੇ ਕਿੱਥੋਂ ਕਰੇ? ਥੋਮਸ ਮੇਰਾ ਨਾਮ ਹੈ ਜੀ, ਮੈਂ ਫਰੀਦਕੋਟ ਸਿਟੀ ਦਾ ਰਹਿਣ ਵਾਲਾ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂ, ਲੜਾਈ ਦੀ ਵਜ੍ਹਾ ਇੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ, ਠੀਕ ਹੈ ਜੀ, ਮੇਰੇ ਘਰ ਨੇ ਮੈਨੂੰ ਰੋਂਦੀ ਰੋਂਦੀ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਛ ਹੋ ਰਿਹਾ ਅਤੇ ਆਹ ਕੁਛ ਹੋਇਆ ਮੇਰੇ ਨਾਲ, ਕਿ ਮੈਂ ਤੈਨੂੰ ਡਰਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਉਹਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ, ਪਿਸਤੌਲ ਆ ਕੇ ਮੈਨੂੰ ਹਾਲਦਾ, ਮੇਰੇ ਨਾਲ 2 ਵਾਰੀ ਇਹਨੇ ਰੇਪ ਕੀਤਾ। ਮੈਂ ਤੈਨੂੰ ਡਰਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਲਦਾ ਸੀ ਅਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ, ਤੂੰ ਆਪਦੇ ਬੰਦੇ ਨੂੰ ਦੱਸੇਂਗੀ ਤਾਂ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ, ਤੈਨੂੰ ਮਾਰ ਦਾਂਗਾ, ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ। ਅਤੇ ਮੈਨੂੰ ਮੇਰੇ ਘਰ ਦੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ, ਕਿ ਅੱਜ ਫਿਰ ਆਇਆ ਸੀ ਮੈਨੂੰ ਛੇੜਨ ਵਾਸਤੇ, ਮੇਰੇ ਨਾਲ ਰੇਪ ਕਰਨ ਵਾਸਤੇ ਅੱਜ ਫਿਰ ਆਇਆ ਸੀ। ਅਤੇ ਮੈਨੂੰ ਮੈਂ ਇਹਨੂੰ ਨਹੀਂ ਕੁਛ, ਮੈਂ ਹੱਥ ਬਾਂਹ ਫੜਾਇਆ ਅਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ, ਮੈਂ ਆਪਦੇ ਬੰਦੇ ਨੂੰ ਦੱਸ ਦੇਣਾ, ਅਤੇ ਇਹ ਨਹੀਂ ਗਿਆ। ਅਤੇ ਫਿਰ ਉਹਨਾਂ ਟਾਈਮ ਨੂੰ ਪਿਆ ਅਤੇ ਮੇਰੇ ਘਰ ਦੇ ਘਰੇ ਜੀ ਆ ਗਏ ਅਤੇ ਉਹਨਾਂ ਨੂੰ ਫਿਰ ਮੇਰਾ ਘਰ ਦੇ ਵੀ ਕੰਮ ਤੋਂ ਆ ਗਏ ਅਤੇ ਉਹਨਾਂ ਮੈਨੂੰ ਦੱਸਿਆ, ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਅਤੇ ਫਿਰ ਮੈਨੂੰ ਦੱਸਿਆ। ਅਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ 'ਤੇ, ਕਟਿੰਗ ਵਾਲੀ ਦੁਕਾਨ 'ਤੇ ਆਇਆ ਅਤੇ ਮੈਂ ਆਪਦੇ ਘਰ ਦੀ ਨੇ ਜਿਵੇਂ ਮੈਨੂੰ ਦੱਸਿਆ ਅਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਗਈ ਇਸ ਕਰਕੇ, ਅਤੇ ਮੈਂ ਗਿਆ ਉਹਦੇ ਕੋਲ। ਮੈਂ ਤਾਂ ਗੱਲਬਾਤ ਕਰਨ ਗਿਆ ਸੀ ਇੱਕ ਸਭੈਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ, ਤੂੰ ਸਾਡੇ ਘਰ ਆਉਣਾ ਜਾਣਾ ਅਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ। ਅਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤਾਂ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲਏਗਾ, ਮੈਂ ਤਾਂ ਇਹੀ ਕੋਸ਼ਿਸ਼ ਕਰਨਾ ਹੈ, ਫਿਰ ਤੂੰ ਜਿਹੜਾ ਕੁਛ ਹੁੰਦਾ ਹੀ ਤੂੰ ਕਰ ਲੈ, ਠੀਕ ਹੈ। ਅਸੀਂ ਤਾਂ ਐਵੇਂ ਅਸਲੇ ਦੇ ਜ਼ੋਰ 'ਤੇ, ਅਸੀਂ ਸਾਡੀ ਹਕੂਮਤ ਹੈ ਬਸਤੀ ਦੇ ਵਿੱਚ, ਸਾਡਾ ਬਹੁਤ ਤਗੜਾ ਨੈਟਵਰਕ ਹੈ, ਅਸੀਂ ਤਾਂ ਇਹੀ ਕੋਸ਼ਿਸ਼ ਕਰਨਾ ਅਤੇ ਇਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ। ਅਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ 'ਤੇ ਰੋਕ ਕਾਰਵਾਈ ਕੀਤੀ ਜਾਵੇ, ਇਹਨਾਂ 'ਤੇ ਕਾਰਵਾਈ ਹੋਵੇਗੀ। ਅਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ, ਸਾਨੂੰ ਧਮਕੀਆਂ ਮਾਰਨ ਦੀਆਂ, ਹਾਲੇ ਵੀ ਧਮਕੀਆਂ ਦਿੰਦੇ ਨੇ ਮਾਰਨ ਦੀਆਂ, ਸਾਨੂੰ ਸਾਡੀ ਜਾਨ ਨੂੰ ਖਤਰਾ ਇਹਨਾਂ ਤੋਂ।
ਇਹਨਾਂ ਸਾਨੂੰ ਇਨਸਾਫ ਦਿੱਤਾ ਜਾਵੇ, ਇਹਨਾਂ ਵੱਲੋਂ ਲੈ ਕੇ ਦਿੱਤਾ ਜਾਵੇ। ਇਹਨਾਂ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ। ਕਾਹਦਾ ਨੈਟਵਰਕ ਹੈ? ਨੈਟਵਰਕ ਚਿੱਟੇ ਦਾ ਕੰਮ ਕਰਦੇ ਜੀ, 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ। ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ, ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ। ਫਿਰ ਮੈਨੂੰ ਦਹਿਸ਼ਤ ਫਲਾਉਂਦੇ ਕਿਸ ਤਰ੍ਹਾਂ? ਹਾਂਜੀ, ਦਹਿਸ਼ਤ ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ, ਮੈਨੂੰ ਵਿਖਾਉਣ ਵਾਸਤੇ ਗੋਲੀਆਂ ਚਲਾਈਆਂ ਸੀ। ਕਾਰਵਾਈ ਹੋਣੀ ਚਾਹੀਦੀ? ਹਾਂਜੀ, ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ। ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਹੈ ਜੀ, ਇਹਨਾਂ ਦਾ ਇਹ ਇੱਕ ਬੰਦਾ ਫੜੀਚੇਗਾ ਤੇ ਇਹਨਾਂ ਦਾ ਸਾਰਾ ਨੈਟਵਰਕ ਅੱਗੇ ਆ ਜਾਏਗਾ ਆਪਣੇ ਆਪ। ਮੈਂ ਹੀ ਪ੍ਰੈਸ ਅੱਗੇ ਮੰਗ ਕਰਦਾ ਜੀ, ਮੇਰੀ ਸੁਣਵਾਈ ਹੋਵੇ। ਮੈਂ ਗਰੀਬ ਬੰਦਾ, ਦਿਹਾੜੀਦਾਰ ਬੰਦਾ ਜੀ, ਇਹ ਤਾਂ ਚਿੱਟੇ ਵਾਲੇ ਬੰਦੇ ਨੇ, ਉਲਟਾ ਸਾਡੇ ਤੇ ਪਰਚਾ ਕਰਾਈ ਬੈਠੇ ਨੇ ਜੀ। 2 ਨੰਬਰ ਦਾ ਕੰਮ ਕਰਦੇ ਨੇ, ਇੰਨਾ ਪੈਸਾ, ਗੱਡੀਆਂ ਇਹਨਾਂ ਦੇ ਕੋਲੇ, ਕਾਰਾਂ ਜੀਪਾਂ। ਅਸੀਂ ਦਿਹਾੜੀ ਵਾਲੇ ਬੰਦੇ, ਸਾਡੀ ਤਾਂ ਰੋਟੀ ਨਹੀਂ ਪੂਰੀ ਹੁੰਦੀ ਜੀ। ਇਹ ਵਿਹਲੇ ਰਹਿੰਦੇ ਨੇ ਤੇ ਵਿਹਲੇ ਕਾਰਾਂ ਦੇ ਘੁੰਮਦੇ ਨੇ, ਗੱਡੀਆਂ ਦੇ ਘੁੰਮਦੇ ਨੇ, 24 ਘੰਟੇ ਅਸਲਾ ਟੰਗੀ ਰੱਖਦੇ ਨੇ, ਉਲਟਾ ਧਮਕੀਆਂ ਦਿੰਦੇ ਨੇ ਸਾਨੂੰ ਆ ਕੇ। ਸਾਡੀ ਜਾਨ ਨੂੰ ਹਾਲੇ ਵੀ ਇਹਨਾਂ ਤੋਂ ਖਤਰਾ ਹੈ ਜੀ, ਤੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਚਿੜ ਮਾਹੌਲ ਕਰਕੇ ਲੰਘਿਆ, ਫਿਰ 1-2 ਵਾਰੀ ਉਹਨਾਂ ਨੇ ਮੇਰੇ ਉੱਤੇ ਰੇਪ ਕਰਨ ਦੀ ਰੇਪ ਕੀਤਾ। ਮੇਰੀ ਗੰਨ ਪਿਸਤੌਲ ਰੱਖਦਾ ਸੀ, ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ, ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ, ਜਾਂ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ। ਠੀਕ ਹੈ, ਮੈਂ ਆਪਣੇ ਆਪਦੇ ਘਰ ਵਾਲੇ ਨੂੰ ਦੱਸਿਆ, ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਲਟਾ ਉਹਨਾਂ ਦੇ ਹੀ ਗਲ ਪੈ ਗਿਆ। ਮੇਰਾ ਦੇਵਰ ਗਿਆ, ਮੇਰੇ ਘਰ ਵਾਲਾ ਗਿਆ, ਦੇਵਰਾਣੀ ਗਈ, ਉਹਨੂੰ ਬੱਚਾ ਹੋਣ ਵਾਲਾ ਸੀ, ਉਲਟਾ ਉਹਨਾਂ ਦੇ ਵੀ ਏਦਾਂ ਇਹਨਾਂ ਨੇ ਕੁੱਟਮਾਰ ਕੀਤੀ, ਇੰਜ ਕੀਤਾ। ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਏ ਜੋ। ਇੰਨਾ ਮੇਰੇ ਨਾਲ 2-3 ਵਾਰੀ ਉਹਨਾਂ ਨੇ ਰੇਪ ਕੀਤਾ। ਮੈਂ ਫਿਰ ਵੀ 2 ਵਾਰੀ ਕੀਤਾ, ਕੋਈ ਕੁਛ ਨਹੀਂ ਕਿਹਾ। 3ਰੀ ਵਾਰੀ ਕੀਤਾ, ਮੈਂ ਆਪਣੇ ਘਰ ਦੇ ਜੀਆਂ ਨੂੰ ਦੱਸਿਆ ਵੀ ਏਦਾਂ ਮੇਰੇ ਨਾਲ ਹੋਇਆ। ਉਹਨਾਂ ਨੇ ਨਹੀਂ, ਅਗਲਿਆਂ ਨੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਜਾਂ ਕਿਹਾ, ਤੇ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ। ਸਾਨੂੰ ਜਦੋਂ ਕਿਦੋਂ ਵੀ ਧਮਕੀਆਂ ਦਿੰਦਾ ਸੀਗਾ ਕਿ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ, ਤੁਹਾਨੂੰ ਟਪਾ ਜਾਂਗਾ, ਇੰਜ ਕਰ ਦਾਂਗਾ। ਹਫ਼ਤੇ ਵਿੱਚ 2 ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਹੇ ਵਿੱਚ। ਇੱਕ ਉਹ ਮੈਨੂੰ ਡਰਾਉਣ ਮਾਰਾ ਵੀ ਵੇਖੋ ਮੇਰੇ ਕੋਲੇ ਪਿਸਤੌਲ ਹੈਗਾ ਏ। ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਵੀ ਇੰਜ ਕਰ ਦਾਂਗਾ, ਉਹ ਕਰ ਦਾਂਗਾ। ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ, ਪਰ ਮੇਰੀ ਸੁਣਵਾਈ ਹੋਈ ਜਾਵੇ, ਅੱਗੇ ਤੋਂ ਮੇਰੇ ਨਾਲ ਏਦਾਂ ਨਾ ਹੋਵੇ। ਤੁਸੀਂ ਵਿਰੋਧ ਕਰਦੇ ਸੀ ਕਿਸ ਤਰ੍ਹਾਂ? ਇਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ, ਤੈਨੂੰ ਗੋਲੀਆਂ ਚਲਾਵਾਂਗਾ, ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ। ਮੈਨੂੰ ਮਜਬੂਰ ਕਰਦਾ ਸੀਗਾ, ਹਾਂਜੀ ਪਿਸਤੌਲ ਦੀ ਨੋਕ ਤੇ ਕਰਦਾ ਸੀਗਾ, ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ, ਮੈਂ ਤੈਨੂੰ ਵੀ ਟਪਾ ਜਾਂਗਾ, ਤੁਹਾਡੇ ਘਰ ਦੇ ਪਰਿਵਾਰ ਨੂੰ ਵੀ ਟਪਾ ਦਾਂਗਾ, ਇੰਜ ਕਰ ਦਾਂਗਾ, ਉਹ ਕਰ ਦਾਂਗਾ। ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ, ਘਰਦਿਆਂ ਦਾ ਜਿਹਨਾਂ ਨੂੰ ਵੀ ਖਤਰਾ ਸੀ ਉਹਦੇ ਤੋਂ ਵੀ ਮੈਂ ਇੰਜ ਕਰਾਂਗਾ, ਉਹ ਕਰਾਂਗਾ, ਮਾਰ ਜਾਂਗਾ, ਇੰਜ ਕਰ ਦਾਂਗਾ, ਉਹ ਕਰ ਦਾਂਗਾ। ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ, ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ, ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਟਪਾ ਜਾਂਗਾ। ਮੇਰੀ ਇਹੀ ਬੇਨਤੀ ਕੀਤੀ ਜਾ ਰਹੀ ਹੈ ਵੀ ਹੁਣ ਜੋ ਕੁਛ ਮੇਰੇ ਨਾਲ ਹੋ ਗਿਆ ਹੈ, ਮੇਰੀ ਸੁਣਵਾਈ ਕੀਤੀ ਜਾਵੇ, ਅੱਗੇ ਤੋਂ ਕਿਸੇ ਨਾਲ ਏਦਾਂ ਨਾ ਹੋਵੇ, ਤੇ ਮੇਰੀ ਵੀ ਇਸ ਬਦਨਾਮ ਜਿਹੜੀ ਇਹਨਾਂ ਨੇ ਜੋ ਕੁਛ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ। ਹਾਂਜੀ, ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਏਦਾਂ ਤੁਸੀਂ ਕਿਉਂ ਕੀਤਾ, ਤੇ ਉਲਟਾ ਉਹਦੇ ਹੀ ਗਲ ਪੈ ਗਿਆ। ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੁੱਟ ਮਾਰ ਕੀਤੀ, ਉਹਨੂੰ ਬੱਚਾ ਹੋਣ ਵਾਲਾ ਸੀ, ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਉਹਦੇ।
ਉਹਦੀ ਉਂਗਲ ਜਿਹੜੀ ਸੀਗੀ ਉਹਦੇ ਤੇ ਉਹਨਾਂ ਨੇ ਖਾਣੀ ਕੀ ਮਾਰਿਆ, ਉਹਦੀ ਉਂਗਲ ਵੀ ਫ੍ਰੈਕਚਰ ਕਰ ਦਿੱਤੀ। ਏਦਾਂ ਉਹਨਾਂ ਨੇ ਕੀਤਾ ਸਾਡੇ ਨਾਲ। ਅਸੀਂ ਇਹ ਚਿੱਟੇ ਦਾ ਕੰਮ ਕਰਦਾ ਜੀ। ਹਾਂਜੀ, ਨਸ਼ਾ ਇਹ ਬਹੁਤ ਵੇਚਦਾ ਜੀ। ਪੈਸਾ ਤੇ ਇਹਨਾਂ ਕੋਲੇ ਬਹੁਤ ਹੈ ਜੀ, ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਹਨਾਂ ਕੋਲੇ ਪੈਸਾ ਹੈ। ਇਹ ਪੈਸੇ ਦੀ ਨੋਕ ਤੇ ਤਾਂ ਏਦਾਂ ਇਹਨਾਂ ਦੇ ਗਲਤ ਕੰਮ ਧੀਆਂ ਭੈਣਾਂ ਦੇ ਲੋਕਾਂ ਤੇ ਕਰਦਾ ਹੈ ਜੀ। ਹਾਂਜੀ, ਸਾਨੂੰ ਇਹੀ ਬੇਨਤੀ ਹੈ ਜੀ, ਸਾਨੂੰ ਇਹਨਾਂ ਤੋਂ ਖਤਰਾ ਹੈ। ਉਲਟਾ ਤੋਦਮ ਸਾਨੂੰ ਉਹਨਾਂ ਨੇ ਕੁੱਟ ਮਾਰ ਵੀ ਲਿਆ ਘਰਦਿਆਂ ਨੂੰ, ਹੁਣ ਉਲਟਾ ਇਹੀ ਵਕਤੀ ਚ ਸੁਣ ਰਹੇ ਹਾਂ ਅਸੀਂ ਜਿਹਨਾਂ ਦੇ ਮੂੰਹ ਵੀ ਅਸੀਂ ਇਹਨਾਂ ਨੂੰ ਟਪਾ ਜਾਂਗੇ, ਇੰਜ ਕਰ ਦਾਂਗੇ, ਉਹ ਕਰ ਦਾਂਗੇ, ਸਾਨੂੰ ਇਹਨਾਂ ਤੋਂ ਖਤਰਾ ਹੈ। ਸਾਡੀ ਇਹੀ ਬੇਨਤੀ ਹੈ, ਸਾਡੀ ਸੁਣਵਾਈ ਕੀਤੀ ਜਾਵੇ ਵੀ ਸਾਨੂੰ ਇਹਨਾਂ ਤੋਂ, ਹਾਂਜੀ ਵੀ ਸਾਨੂੰ ਇਹਨਾਂ ਤੋਂ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ। ਸਰ, ਇੱਕ ਜਿਹੜਾ ਮਸਲਾ ਹੈ ਕਿ ਵਾਰਡ ਇੱਕ ਦੂਜੇ ਨਾਲ ਕ੍ਰੋਸ ਹੋਇਆ ਜਿਹੜਾ ਕੈਂਚੀਆਂ ਚਲਾਈ, ਕੀ ਮਸਲਾ ਹੈ? ਬਿਆਨ ਮੁਤਾਬਿਕ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ, ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ। ਪਰਚਾ ਦਰਜ ਕੀਤਾ ਗਿਆ ਤੇ ਵੈਰੀਫਾਈ ਕੀਤਾ ਜਾ ਰਿਹਾ। ਧੰਨਵਾਦ। ਠੀਕ।